ਪੰਜਾਬ ਵਿਚ ਲੁਟੇਰਿਆਂ ਦਾ ਆਤੰਕ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਹੁਣ ਇਹ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਨੇ। ਤਸਵੀਰਾਂ ਵਿਚ ਸਾਫ਼ ਪਤਾ ਲੱਗ ਰਿਹਾ ਹੈ ਕਿ ਲੁਟੇਰੇ ਕਿਵੇਂ ਬੇਖੌਫ ਪੰਜਾਬ ਦੀਆਂ ਗਲੀਆਂ ਵਿਚ ਘੁੰਮ ਰਹੇ ਨੇ। ਉਨ੍ਹਾਂ ਨੂੰ ਕਿਸੇ ਵੀ ਪ੍ਰਸ਼ਾਸਨ ਦਾ ਕੋਈ ਡਰ ਨਹੀਂ। ਤੁਸੀਂ ਦੇਖ ਰਹੇ ਹੋ ਕਿ ਕਿਵੇਂ ਦੋ ਨੌਜਵਾਨ ਇਕੱਲੀ ਮਹਿਲਾ ਨੂੰ ਦੇਖ ਕੇ ਉਸਦਾ ਪਿੱਛਾ ਕਰਦੇ ਨੇ ਤੇ ਫਿਰ ਉਸਨੂੰ ਓਵਰਟੇਕ ਕਰਕੇ ਉਸਦੀ ਸਕੂਟੀ ਲੈ ਕੇ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਵਿਚ ਇਹ ਸਾਰੀ ਘਟਨਾ ਸਾਹਮਣੇ ਆਈ। ਪੰਜਾਬ ਵਿਚ ਲੁੱਟਾਂ ਖੋਹਾਂ ਇੰਨੀਆਂ ਕੁ ਵੱਧ ਗਈਆਂ ਹੈ ਕਿ ਹਰ ਕੋਈ ਆਪਣੇ ਘਰ ਤੋਂ ਬਾਹਰ ਨਿਕਲਣ ਲੱਗੇ 10 ਵਾਰ ਸੋਚਦਾ ਹੈ। ਪੰਜਾਬ ਦਾ ਮਾਹੌਲ ਬਹੁਤ ਹੀ ਖਰਾਬ ਹੈ, ਜਿਸ ਉੱਪਰ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।